ਜਿਹੜੇ ਨੇ ਇਹ ਮੇਰੀ ਕਾਇਦ ਸ਼ਹੀਦ ਤੇ ਭਰਤੀ ਕੀਤੇ ਹੋਏ ਨੇ ਬੇਸ਼ੱਕ ਇਹਨਾਂ ਖਾਨਦਾਨਾਂ ਨੂੰ ਰੋਜ਼ਗਾਰ ਮੇਰੀ ਸ਼ਹੀਦ ਕਾਇਦ ਨੇ ਦਿੱਤਾ ਸੀ ਔਰ ਉਹਨਾਂ ਦਾ ਤਫਜ਼ ਪਾਕਿਸਤਾਨ ਪੀਪਲਸ ਪਾਰਟੀ ਦੇ ਕਦਨਾ ਕਾਰਕੁਨ ਦੀ ਹیثیت ਨਾਲ ਮੇਰਾ ਵੀ ਉਤਨਾ ਹੀ ਹੈ ਜਿੰਨਾ ਕਿ ਇਸ ਵਕਤ ਦੀ ਹਕੂਮਤ ਹੈ ਤਾੜੀਆਂ ਮਾਰ ਰਹੇ ਇਸ ਕਿਉਂ ਕੁਜੂਸੀ ਕਰ ਰਹੇ ਯਾਰ ਇਸ ਪਾਰਟੀ ਦਾ ਰਾਹ ਤੇ ਲੈਂਦੇ ਹੋ ਤੁਸੀਂ ਤਾੜੀਆਂ ਨਹੀਂ ਮਾਰਦੇ ਹੋ ਜੀਆ ਬੁੱਟੋ ਜੀਆ ਬੁੱਟੋ ਜੀਆ ਬੁੱਟੋ ਨਾਰਾ 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 ਬੁੱਟੋ ਜੀਆ 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 ਬੁੱਟੋ ਨਾਰਾ 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 ਬੁੱਟੋ ਜੀਆ 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 ਬੁੱਟੋ ਨਾਰਾ 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 ਬੁੱਟੋ ਜੀਆ 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 ਬੁੱਟੋ ਨਾਰਾ ਬੁੱਟੋ मैं सिर्फ खाली महज कोई गल्ला और वादे नहीं ने ए तारीख गवाह है 2008 के अंदर जब तो पाकिस्तान पीपल्स पार्टी की गवर्नमेंट आई और यूसुफ रजा साहब वजीर आजम सन और जनाब आसिफ अली जरदारी साहब प्रेसिडेंट ऑफ पाकिस्तान सन और ये सारे सैक मुलाजमीन उस वक्त बहाल हुए सन ਇਹਨਾਂ ਨੂੰ ਸਾਬਕਾ ਤਨਖਾਹਾਂ ਤੱਕ ਮਿਲੀਆਂ ਸਨ ਲੇਕਿਨ ਫਿਰ ਜਬਰ ਹੈ ਉਸਦਾ ਕਿ ਫਿਰ ਉਹ ਵਕਤ ਆਇਆ ਔਰ ਇਹਨਾਂ ਲੋਕਾਂ ਨੂੰ ਆਪਣਾ ਰੋਜ਼ਗਾਰ ਮੰਗਣ ਲਈ ਸੜਕ ਤੇ ਆਣਾ ਪਿਆ ਵਜ਼ੀਰ ਆਜ਼ਮ ਸਾਹਿਬ ਮੇਰੀ ਪਾਰਟੀ ਕਿਆਦਤ ਤਫਜ਼ਾਤ ਦਾ ਇਜ਼ਹਾਰ ਕਰ ਚੁੱਕੀ ਹੈ ਔਰ ਅੱਜ ਕਾਰਕੁਨ ਵੀ ਉਹਨਾਂ ਤਫਜ਼ਾਤ ਦਾ ਇਜ਼ਹਾਰ ਕਰ ਰਹੇ ਨੇ ਅਸੀਂ ਕਿਸੇ ਵੀ ਹਕੂਮਤ ਦਾ ਹਿੱਸਾ ਹੋਣ ਤੋਂ ਪਹਿਲੇ ਪਾਕਿਸਤਾਨ ਪੀਪਲਸ ਪਾਰਟੀ ਦੇ ਕਾਰਕੁਨਾਂ ਔਰ ਪਾਕਿਸਤਾਨ ਪੀਪਲਸ ਪਾਰਟੀ ਬੁਨਿਆਦੀ ਜ਼ਰੂਰੀਅਤ ਦੇਣ ਵਾਲੀ ਜਮਾਤ ਹੈ ਅਗਰ ਉਹਦੀ ਹਕੂਮਤ ਦੇ ਅੰਦਰ ਕੋਈ ਇਹ ਸਮਝਦਾ ਕਿ ਉਹ ਸੁੱਖ ਦਾ ਸਾਹ ਲਵੇਗਾ ਔਰ ਇਹਨਾਂ ਲੋਕਾਂ ਨੂੰ ਰੋਜ਼ਗਾਰ ਵਾਪਸ ਨਹੀਂ ਕਰੇਗਾ ਤੇ ਇਹ ਉਹਦੀ ਖਾਮ ਖਿਆਲੀ ਹੈ ਉਹ ਐਮਕਾਂ ਦੀ ਜੰਨਤ ਚ ਰਹਿ ਰਿਹਾ ਹੈ ਪਾਕਿਸਤਾਨ ਪੀਪਲਸ ਪਾਰਟੀ ਤੁਹਾਡੀ ਤਾਦੀ ਹੈ ਅਗਰ ਇਹਨਾਂ ਲੋਕਾਂ ਨੂੰ ਰੋਜ਼ਗਾਰ ਦਿਓ ਤੇ ਅਗਰ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਕਮੀਆਂ ਕਰੋ ਤੇ ਪਾਕਿਸਤਾਨ ਪੀਪਲਸ ਪਾਰਟੀ ਤੁਹਾਡੇ ਨਾਲ ਖਲੋਤੀ ਹੈ ਅਸੀਂ ਤੁਹਾਡੀ ਹਕੂਮਤ